ਵਾਹ ਜੋ ਜੀ ਦੇ ਵਿੱਚ ਜੋ ਮਨ ਦੇ ਵਿੱਚ ਬੀਜਿਆ ਜਾਣਾ ਉਗਣਾ ਉੱਥੇ ਨਹੀਂ ਹੈ। ਹੁਣ ਮਨ ਤਾਂ ਬਾਣੀ ਨਾਲ ਜੁੜਿਆ ਹੈ, ਮਨ ਤਾਂ ਨਾਮ ਨਾਲ ਜੁੜਿਆ ਹੈ, ਮਨ ਦੇ ਵਿੱਚ ਤਾਂ ਗੁਰੂ ਦਾ ਸ਼ਬਦ ਵੱਸਦਾ ਹੈ। ਵਸੇ ਪੁਰਾਣਾ ਨਾਲ ਸ਼ਬਦ ਗੁਰਾਂ ਦਾ, ਸ਼ਬਦ ਗੁਰਾਂ ਦਾ ਵਸੇ ਪੁਰਾਣਾ ਨਾਲ, ਸ਼ਬਦ ਗੁਰਾਂ ਦਾ, ਸ਼ਬਦ ਗੁਰਾਂ ਦਾ ਵਸੇ ਕੋਈ ਮਾੜਾ। ਕੀ ਬੀਜ ਬੀਜਿਆ? ਨਾਮ ਬੀਜ, ਨਾਮ ਦਾ ਬੀਜ ਬੀਜ ਰਿਹਾ ਮਨ ਤਾਂ, ਸਿਮਰਨ ਕਰ ਰਿਹਾ ਹੈ, ਕੋਈ ਹੋਰ ਕਲਪਨਾ ਹੀ ਨਹੀਂ ਹੈ, ਕੋਈ ਹੋਰ ਫੁਰਨਾ ਹੀ ਨਹੀਂ, ਫੁਰਨਾ ਹੋਰ ਨਹੀਂ ਹੈ ਤੇ ਬੀਜ ਨਹੀਂ ਬੀਜ ਹੋਇਆ। ਕਿਉਂਕਿ ਫੁਰਨਾ ਮਨ ਤੋਂ ਪੈਦਾ ਹੋਣਾ ਹੈ, ਮਨ ਕਰਕੇ ਫੁਰਨੇ ਕਰਕੇ ਫਿਰ ਬਾਕੀ ਕਰਮ ਹੋਣੇ ਨੇ। ਮਨ ਨੇ ਹੁਣ ਕੋਈ ਕਰਮ ਦੀ, ਕੋਈ ਕਰਨ ਦੀ ਕੋਈ ਇੱਛਾ ਹੀ ਨਹੀਂ ਕੀਤੀ। ਕਰਤਾ ਕਰਤੇ ਤੋਂ ਉੱਚਾ ਹੋ ਗਿਆ, ਹੁਣ ਉਹ ਕਰਤੇ ਵਿੱਚ ਚਲਿਆ ਗਿਆ। ਜਿੱਥੇ ਕਰਤਾ ਭਾਵ ਨਹੀਂ, ਜਿੱਥੇ ਹਉ ਨਹੀਂ, ਜਾਵੇ ਜਾਣਾ ਮੈਂ ਕਿਛ ਕਰਤਾ। ਜਦੋਂ ਇਹ ਕਰਤਾ ਭਾਵ ਮੈਂ ਕਰਦਾ, ਸਮਝ ਲਓ ਬੀਜ ਬੀਜ ਰਿਹਾ ਹੁਣ, ਇਹ ਚੰਗੇ ਚਾਹੇ ਮਾੜੇ ਸੰਸਕਾਰ ਤਾਂ ਬਣੀ ਜਾ ਰਹੇ ਨੇ ਨਾ, ਬੰਧਨ ਰੂਪ ਤਾਂ ਹੋ ਗਿਆ ਨਾ ਬੀਜ, ਕਿਉਂਕਿ ਉਹ ਬੰਧਨ ਹੈ। ਚਾਹੇ ਇੱਕ ਬੇੜੀ ਹੱਥਾਂ ਵਿੱਚ ਹੱਥ ਖੜੀ ਹੈ, ਚਾਹੇ ਉਹ ਸੋਨੇ ਦੀ ਹੋਵੇ, ਚਾਹੇ ਲੋਹੇ ਦੀ ਹੋਵੇ, ਚਾਹੇ ਹੀਰਿਆਂ ਦੀ ਹੋਵੇ, ਹੈ ਤਾਂ ਬੇੜੀ, ਹੱਥ ਤਾਂ ਬੰਨ੍ਹ ਤੇ ਨਾ।
ਜਿਹੜਾ ਕਰਮ ਕਰ ਲਿਆ ਮਨ ਕਰਕੇ, ਉਹ ਤਾਂ ਬੰਧਨ ਰੂਪ ਬਣ ਗਿਆ, ਅਗਲੇ ਜਨਮ ਦਾ ਕਾਰਨ ਬਣ ਗਿਆ, ਉਹ ਜਨਮ ਖਤਮ ਕਰਨਾ। ਅਤੇ ਇਹੋ ਹੀ ਤਾਂ ਮਹਾਰਾਜ ਜੀ ਆਪਾਂ ਨੂੰ ਬਾਣੀ ਜਦੋਂ ਆਪਾਂ ਵਿਚਾਰ ਕਰੀਏ ਨਾ, ਸਹਿਜ ਪਾਠ ਕਰਿਆ ਕਰੋ, ਫਿਰ ਵਿਚਾਰ ਕਰਿਆ ਕਰੋ, ਜਿੱਥੇ ਨਾ ਸਮਝ ਆਵੇ, ਟੀਕੇ ਬੜੇ ਬਣੇ ਹਨ ਮਹਾਂਪੁਰਸ਼ਾਂ ਦੇ ਬਚਨ ਵੀ, ਉਹ ਫਿਰ ਯਾਦ ਆਉਂਦੇ ਨੇ ਵੀ ਆਹ ਪੰਗਤੀ ਦੇ ਮਹਾਰਾਜ ਜੀ ਇਸ ਤਰ੍ਹਾਂ ਸਾਨੂੰ ਇਹ ਯੁਗਤੀ ਨਾਲ ਸਮਝਾਇਆ ਕਰਦੇ। ਅਤੇ ਹੁਣ ਬਾਣੀ ਪੜ੍ਹਨੀ ਹੀ ਨਹੀਂ ਜਦ, ਇੰਨਾ ਵੱਡਾ ਖਜ਼ਾਨਾ ਦੇਖਣਾ ਹੀ, ਦਰਸ਼ਨ ਕਰਨ ਦੀ ਹੀ ਨਹੀਂ ਅਜੇ ਆਪਣੇ ਕੋਲ ਟਾਈਮ ਹੈ। ਹੁਣ ਖੋਜਣਾ ਤਾਂ ਗੱਲ ਦੂਰ ਦੀ ਹੈ, ਉਹ ਵਿਚਾਰ ਨੂੰ ਉਹਨੂੰ ਫਿਰ ਅਨੁਭਵ ਕਰਨਾ, ਉਹ ਤਾਂ ਗੱਲਾਂ ਦੂਰ ਦੀਆਂ ਹਨ। ਅਜੇ ਤਾਂ ਆਪਾਂ ਇੱਕ ਵਾਰ ਦਰਸ਼ਨ ਵੀ ਨਹੀਂ ਕੀਤੇ ਆਪਣੇ ਖਜ਼ਾਨੇ ਦੇ, ਕਿੱਡਾ ਕੁ ਵੱਡਾ ਖਜ਼ਾਨਾ ਹੈ ਮਹਾਰਾਜ ਜੀ ਦਾ, ਜਿਹੜਾ ਕਿ ਸਾਨੂੰ ਗੁਰਸਿੱਖਾਂ ਨੂੰ, ਕਿਉਂਕਿ ਜੋ ਕੁਛ ਠਾਕਰ ਕਾ ਸੋ ਸੇਵਕਾ, ਜੋ ਗੁਰੂ ਦਾ ਹੈ ਉਹੀ ਤਾਂ ਗੁਰਸਿੱਖਾਂ ਦਾ ਹੈ। ਮਹਾਰਾਜ ਜੀ ਕਹਿੰਦੇ ਮੈਂ ਤਾਂ ਜੋ ਕੁਛ ਮੈਂ ਆਪਣਾ ਸੀ ਮੈਂ ਤੁਹਾਨੂੰ ਹੀ ਦੇ ਦਿੱਤਾ। ਮੋਗ ਰਹਿ ਹੈ ਮੈਂ ਮਨ ਤੇ ਤਨ ਤੇ ਸਿਰ ਲਓ ਧਨ ਹੈ ਸਾਵੀ ਇਹਨੀ ਕੋ, ਮੈਂ ਤਾਂ ਕੁਛ ਰੱਖਿਆ ਹੀ ਨਹੀਂ, ਮੈਂ ਤਾਂ ਪਿਤਾ ਵੀ ਵਾਰ ਦਿੱਤਾ ਤੁਹਾਡੇ ਉੱਪਰੋਂ, ਮਾਤਾ ਵੀ ਵਾਰ ਦਿੱਤੀ, ਮੈਂ ਤਾਂ ਚਾਰੇ ਸਾਹਿਬਜ਼ਾਦੇ ਵੀ ਵਾਰ ਦਿੱਤੇ, ਲੱਖਾਂ ਸਿੰਘ ਵੀ ਤੁਹਾਡੇ ਉੱਪਰ ਇਨ ਪੁੱਤਨ ਕੇ ਤੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਹੋਆ ਜੀਵਤ ਕਈ ਹਜ਼ਾਰ, ਸਾਰਾ ਕੁਛ ਹੀ ਤੁਹਾਡੇ ਤੋਂ ਕੁਰਬਾਨ ਕਰ ਦਿੱਤਾ। ਜੋ ਕੁਛ ਠਾਕਰ ਕਾ ਸੋ ਸੇਵਕ ਆ, ਪਰ ਸੇਵਕ ਬਣ ਜਾਈਏ ਤਾਂ, ਸੇਵਕ ਬਣ ਜਾਈਏ ਤਾਂ ਉਹ ਖਜ਼ਾਨਾ ਆਪਾਂ ਨੂੰ ਅਨੁਭਵ ਹੋਣਾ ਹੈ। ਸੇਵਕ ਬਣ ਕੇ ਹੀ ਬਾਣੀ ਦੀ ਵਿਚਾਰ ਹੋਣੀ ਹੈ ਨਾ, ਗੁਰਮੁਖ ਬਣ ਕੇ ਹੀ ਬਾਣੀ ਦੀ ਵਿਚਾਰ ਹੋ ਸਕਦੀ ਹੈ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਇਹ ਮਹਾਂਪੁਰਖਾਂ ਦੀ ਬਾਣੀ ਹੈ ਜਿਹੜੀ ਨਿਜ ਘਰ ਵਿੱਚ ਪਹੁੰਚਾਉਂਦੀ ਹੈ, ਪਰ ਇਹਦੀ ਵਿਚਾਰ ਵੀ ਗੁਰਮੁਖ ਬਣ ਕੇ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਹਿਣ ਦਾ ਭਾਵ, ਉਹ ਜਿਹੜਾ ਬੀਜ ਰੂਪ ਮਨ ਵਿੱਚ ਬੀਜ ਬੀਜਿਆ ਗਿਆ ਨਾ, ਉਹ ਬੀਜ ਹੁਣ ਬੀਜੇ ਨਹੀਂ ਜਾ ਰਹੇ, ਹੁਣ ਮਨ ਤਾਂ ਸਿਮਰਨ ਕਰਦਾ, ਮਨ ਤਾਂ ਹੁਣ ਇਹ ਬੀਜ ਬੀਜਿਆ, ਨਾਮ ਬੀਜ, ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਅਬ ਕਲੂ ਆਇਓ ਰੇ, ਇੱਕ ਨਾਮ ਬੋ 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 ਬੋ। ਮਹਾਰਾਜ ਜੀ ਕਹਿੰਦੇ ਇੱਕ ਨਾਮ ਹੀ ਬੀਜਣਾ ਬਈ, ਕੁਛ ਹੋਰ ਨਾ ਬੀਜ ਦਿਓ, ਕਿਉਂਕਿ ਜੇ ਬੀਜ ਦਿਓਗੇ ਉਹਨੇ ਉੱਗ ਖੜਨਾ ਹੈ, ਅਤੇ ਉਹਦਾ ਫਲ ਫਿਰ ਅਗਲਾ ਜਨਮ ਤੁਹਾਨੂੰ ਜ਼ਰੂਰ ਹੋਵੇਗਾ। ਜੇ ਜਨਮ ਮਿਟਾਉਣਾ ਚਾਹੁੰਦਾ ਹੈ ਤਾਂ ਬਸ ਇੱਕੋ ਹੀ ਗੱਲ ਇਹ ਯਾਦ ਰੱਖ, ਕਲੂ ਆਇਓ ਰੇ ਇੱਕ ਨਾਮ ਬੀਜ ਲੋ, ਕਲੂ ਆਇਓ ਰੇ ਇੱਕ ਨਾਮ ਬੀਜ ਲੋ, ਕਲੂ
ਗਰੀਬੀ